ਸਾਂ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਕਲ ਗੱਲ ਕਰਦੇ ਹਾਂ ਬਾਲੀਵੁੱਡ ਦੀ ਆਮੀਰ ਖਾਨ ਦੀ ਫਿਲਮ ਲਾਲ ਸਿੰਘ ਚੱਡਾ 11 ਅਗਸਤ 2022 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਸੀ ਫਿਲਮ 'ਚ ਕ੍ਰਿਨਾਕਪੁਰ ਖਾਨ ਅਤੇ ਆਮੀਰ ਖਾਨ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਹਨ ਇਹ ਫਿਲਮ ਭਾਰਤੀ ਬਾਕਸ ਆਫਿਸ ਤੇ ਪੂਰੀ ਤਰ੍ਹਾਂ ਫ੍ਰਾਪਰੀ ਬਾਈ ਕੱਟ ਦੇ ਟ੍ਰੈਂਡ ਤੇ ਸੋਸ਼ਲ ਮੀਡੀਆ ਕਾਰਨ ਫਿਲਮ ਸਿਨੇਮਾ ਘਰਾਂ ਦੇ ਵਿੱਚ ਕੁਝ ਖਾਸ ਕਮਾਈ ਨਹੀਂ ਕਰ ਪਾਈ ਦਰਸ਼ਕ ਫਿਲਮ ਦੇਖਣ ਲਈ ਇਸ ਦੀ OTT ਤੇ ਰਿਲੀਜ਼ ਦੀ ਉਡੀਕ ਕਰ ਰਹੇ ਹਨ ਦੱਸ ਦिए ਕਿ ਲਾਲ ਸਿੰਘ ਚੱਡਾ ਦੀ OTT ਰਿਲੀਜ਼ ਦੀ ਮਿਤੀ ਐਲਾਨ ਹੋ ਗਈ ਹੈ ਕਿਹਾ ਜਾ ਰਿਹਾ ਹੈ ਕਿ ਰਿਲੀਜ਼ ਦੇ 6 ਮਹੀਨੇ ਬਾਅਦ ਲਾਲ ਸਿੰਘ ਚੱਡਾ ਨੂੰ OTT ਤੇ ਰਿਲੀਜ਼ ਕਰਨਾ ਚਾਹੁੰਦੇ ਸਨ ਹਾਲਾਂਕਿ ਖਰਾਬ ਪ੍ਰਦਰਸ਼ਨ ਕਾਰਨ ਨਿਰਮਾਤਾਵਾਂ ਨੇ ਇਸ ਨੂੰ ਜਲਦ ਰਿਲੀਜ਼ ਕਰਨ ਦਾ ਫੈਸਲਾ ਕੀਤਾ ਮੀਡੀਆ ਰਿਪੋਰਟ ਦੇ ਮੁਤਾਬਕ ਹੁਣ ਲਾਲ ਸਿੰਘ ਚੱਡਾ 20 ਅਕਤੂਬਰ 2022 ਨੂੰ Netflix ਤੇ ਰਿਲੀਜ਼ ਹੋਵੇਗੀ ਦੱਸ ਦੇਈ ਕਿ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਆਮਿਰ ਖਾਨ ਆਪਣੀ ਫਿਲਮ ਲਾਲ ਸਿੰਘ ਚੱਡਾ ਦੀ ਰਿਲੀਜ਼ ਲਈ Netflix ਤੋਂ 150 ਕਰੋੜ ਰੁਪਏ ਦੀ ਮੰਗ ਕਰ ਰਹੇ ਸਨ Netflix ਨੇ ਅਦਾਕਾਰ ਨੂੰ 80 ਤੋਂ 90 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਪਰ ਆਮਿਰ ਖਾਨ ਮੰਨੇ ਨਹੀਂ ਇਹ ਫਿਲਮ ਹਾਲੀਵੁੱਡ ਫਿਲਮ ਫੋਰੈਸਟ ਗਮ ਦੀ ਆਧਾਰਿਤ ਰੀਮੇਕ ਹੈ ਇਹ ਫਿਲਮ ਨੇ ਕ੍ਰੇਲੂ ਬਾਕਸ ਆਫਿਸ ਤੇ ਕਰੀਪ 60 ਕਰੋੜ ਰੁਪਏ ਦੀ ਕਮਾਈ ਕੀਤੀ। ਰਿਲੀਜ਼ ਦੇ ਅਗਲੇ ਦਿਨ ਤੋਂ ਹੀ ਥੀਏਟਰ ਮਾਲਕਾਂ ਨੇ ਕਈ ਥਾਵਾਂ ਤੇ ਦਰਸ਼ਕਾਂ ਦੀ ਘਾਟ ਹੋਣ ਕਾਰਨ ਸ਼ੋਅ ਰੱਦ ਕੀਤੇ ਸਨ। ਬਾਲੀਵੁੱਡ ਦੀ ਵਧੇਰੀ ਖਬਰਾਂ ਜਾਣਨ ਲਈ ਜੁੜੇ ਰਹੋ ਚੈਨਲ ਸ਼ਾਨ ਪੰਜਾਬੀ ਦੇ ਨਾਲ।